10 ਮਾਰਚ ਨੂੰ ਪੰਜ ਸੂਬਿਆਂ ਦੇ ਨਤੀਜਿਆਂ ਦਾ ਐਲਾਨ ਹੋਣਾ ਹੈ ਔਰ ਇਹਨਾਂ ਚੋਣ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਵੱਖ-ਵੱਖ ਏਜੰਸੀਆਂ ਤੇ ਚੈਨਲਸ ਨੇ ਐਗਜ਼ਿਟ ਪੋਲ ਸਰਵੇ ਵਿਖਾਏ ਨੇ ਐਗਜ਼ਿਟ ਪੋਲ ਸਰਵੇ ਵਿੱਚ ਪੰਜਾਬ ਦਾ ਐਗਜ਼ਿਟ ਪੋਲ ਵੀ ਵਿਖਾਇਆ ਗਿਆ ਹੈ ਦੱਸ ਦੇ ਕਿ ਇਹ ਜੋ ਤਸਵੀਰ ਦਿਖਾਈ ਗਈ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਭਮਤ ਮਿਲਦਾ ਹੋਇਆ ਵਿਖਾਇਆ ਗਿਆ 2022 ਦਾ ਹੈ ਮਹਾ ਐਗਜ਼ਿਟ ਪੋਲ ਹੈ ਕਾਂਗਰਸ ਨੂੰ ਇਹ ਜੋ ਵੱਖ-ਵੱਖ ਏਜੰਸੀਆਂ ਨੇ ਵੱਖ-ਵੱਖ ਚੈਨਲਸ ਨੇ ਉਹਨਾਂ ਦੀ ਤੁਸੀਂ ਤਸਵੀਰ ਅਵੇਖ ਰਹੇ ਹੋ ਆਪਣੇ ਸਕਰੀਨ ਤੇ ਹਾਲਾਂਕਿ ਚੋਣ ਨਤੀਜਾ ਦਾ ਐਲਾਨ ਹਲੇ 10 ਮਾਰਚ ਨੂੰ ਹੋਣਾ ਹੈ ਲੇਕਿਨ ਉਸ ਤੋਂ ਪਹਿਲਾਂ ਇਹ ਵਕ ਵਕ ਐਗਜ਼ਿਟ ਪੋਲ ਜਿਹੜੇ ਨੇ ਉਹ ਵਿਖਾਏ ਗਏ ਨੇ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਇਹ ਜੋ ਐਗਜ਼ਿਟ ਪੋਲ ਦਿਖਾਇਆ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਦਾ ਹੋਇਆ ਵਿਖਾਇ ਦਿੰਦਾ ਹੈ ਅਤੇ ਕਾਂਗਰਸ ਜਿਹੜਾ ਹੈ ਕਈ ਥਾਵਾਂ ਤੇ ਦੂਜੇ ਨੰਬਰ ਤੇ ਔਰ ਕਈ ਜਿਹੜੇ ਚੋਣ ਨਤੀਜੇ ਦੇ ਜੋ ਐਗਜ਼ਿਟ ਪੋਲ ਨੇ ਉਸ ਵਿੱਚ ਰੋਮਨੀ ਕਲਦਲ ਬਸਪਾ ਗੜਚੋੜ ਨੂੰ ਵਿਖਾਇਆ ਗਿਆ ਅਜੇ ਵਿਚਾਰ ਦੇਖਣਾ ਬਹੁਤ ਅਹਿਮ ਰਹੇਗਾ ਕਿ ਜਦੋਂ ਇਹ ਚੋਣ ਨਤੀਜੇ ਸਾਹਮਣੇ ਆਉਣਗੇ 10 ਤਰੀਕ ਨੂੰ ਜਦੋਂ ਪਟਾਰਾ ਖੁੱਲੇਗਾ ਕੀਆ ਇਹ ਐਗਜ਼ਿਟ ਪੋਲ ਜਿਹੜੇ ਨੇ ਸਟੀਕ ਬੈਠਦੇ ਨੇ ਜਾਂ ਫਿਰ ਤਸਵੀਰ ਕੁਝ ਹੋਰ ਨਜ਼ਰ ਆਦੀ ਹੈ ਕਿਉਂਕਿ ਮਾਇਰਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਐਗਜ਼ਿਟ ਪੋਲ ਅਕਸਰ ਹੀ ਪਿਛਨੀਆਂ ਕਈ ਚੋਣਾਂ ਤੋਂ ਜਿਹੜਾ ਅਸੀਂ ਤਸਵੀਰ ਦੇਖਦੇ ਆਏ ਆ ਐਗਜ਼ਿਟ ਪੋਲ ਤੋਂ ਵੱਖ ਜੜੀ ਹੈ ਉਹ ਨਤੀਜੇ ਸਾਹਮਣੇ ਆਏ ਨੇ ਬਹਰਾਲ ਇਸ ਲਈ ਇੰਤਜ਼ਾਰ ਹਲੇ ਖੋਰ ਦਿਨ ਦਾ ਕਿਉਂਕਿ 10 ਮਾਰਚ ਨੂੰ ਪੰਜ ਸੂਬਿਆਂ ਦੇ ਚੋਣ ਨਤੀਜਿਆਂ ਦਾ ਐਲਾਨ ਹੋਵੇਗਾ ਲੇਕਿਨ ਜਿਵੇਂ ਹੀ ਬੀਤ ਦਿਨੀ ਉੱਤਰ ਪ੍ਰਦੇਸ਼ ਦੇ ਆਖਰੀ 게ਟ ਤਹਿਤ ਵੋਟਾਂ ਦਾ ਕੰਮ ਮੁਕੰਮਲ ਹੋਇਆ ਔਰ ਉਸ ਤੋਂ ਬਾਅਦ ਤਮਾਮ ਜੁੜੇ ਨੇ ਟੀਵੀ ਚੈਨਲਸ ਕੇ ਲਈ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੇ ਆਪਣੇ ਐਗਜ਼ਿਟ ਪੋਲ ਸਭ ਦੇ ਸਾਹਮਣੇ ਰੱਖਨੇ ਸ਼ੁਰੂ ਕੀਤੇ